ਜਿਹੜੇ ਸਾਡੇ ਮਾਨਯੋਗ CM ਸਾਹਿਬ ਵੱਲੋਂ ਐਂਟੀ ਡਰੱਗ ਕੈਂਪੇਨ ਨੂੰ ਦੀਆਂ ਡਾਇਰੈਕਸ਼ਨ ਨੇ, ਉਹਦੇ 'ਚ ਇੱਕ ਹੋਰ ਕਾਮਯਾਬੀ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਮਿਲੀ ਹੈ। ਉਹਦੇ 10 ਕਿਲੋ ਅਫੀਮ ਜਿਹੜੀ ਉਹ ਬਰਾਮਦ ਕੀਤੀ ਗਈ ਹੈ। ਬੜੇ 2 ਨੋਟੋਰੀਅਸ ਸਮਗਲਰਸ ਨੇ ਪੱਟੀ ਏਰੀਆ ਡਿਸਟ੍ਰਿਕਟ ਤਰਨ ਤਾਰਨ ਦੇ, ਪਿਸ਼ੌਰਾ ਸਿੰਘ ਹੈ ਅਤੇ ਉਹਦੇ ਨਾਲ ਜੋਧ ਸਿੰਘ ਹੈਗਾ, ਦੋਨੇ ਬੋਪਾ ਰਾਏ ਮਡਾਲ ਹੈਗਾ ਇੱਕ ਥਾਣਾ ਪੱਟੀ ਦੇ ਵਿੱਚ ਪਿੰਡ, ਉੱਥੋਂ ਦੇ ਰਹਿਣ ਵਾਲੇ ਨੇ। ਇਹਨਾਂ ਦੇ ਖਿਲਾਫ਼ ਪਹਿਲਾਂ ਵੀ ਪਿਸ਼ੌਰਾ ਸਿੰਘ ਦੇ 2 NDPS ਐਕਟ ਦੇ ਪਰਚੇ ਦਰਜ ਹੈ। ਇਹ ਰਿਕਵਰੀ ਜਿਹੜੀ ਹੈ ਸਾਡੇ DCP ਹਰਪ੍ਰੀਤ ਮੰਡੇਰ ਜੀ, ADCP ਅਭਿਮਨਿਊ ਰਾਣਾ ਜੀ ਔਰ ਬਿੰਦਰਜੀਤ ਸਾਡੇ CIA 3 ਦੇ ਜਿਹੜੇ ਇੰਚਾਰਜ ਨੇ, ਇਹ ਟੀਮ ਨੇ, ਇਹਨਾਂ ਦੀ ਰਹਿਨੁਮਾਈ 'ਚ ਹੋਈ ਹੈ ਸਾਰੀ। ਸੋ ਇਹਦੇ 'ਚ ਜਿਹੜੀ ਮੇਨ ਗੱਲ ਦੇਖਣ ਵਾਲੀ ਹੈ ਕਿ ਪਿਸ਼ੌਰਾ ਸਿੰਘ ਇਹ ਜਿਹੜੀ ਕੰਸਾਈਨਮੈਂਟ ਹੈ ਇੰਫਾਲ ਮਨੀਪੁਰ ਤੋਂ ਲੈ ਕੇ ਆਇਆ, ਜਿਹੜਾ ਕਿ ਕਾਫ਼ੀ ਮਤਲਬ ਨਵੀਂ ਚੀਜ਼ ਵੀ ਸਮਝ ਸਕਦੇ ਹਾਂ। ਆਮ ਨੌਰਥ ਈਸਟ ਤੋਂ ਪਹਿਲਾਂ ਵੀ ਆਉਂਦੀਆਂ ਰਹੀਆਂ ਕੰਸਾਈਨਮੈਂਟ, ਪਰ ਕਾਫ਼ੀ ਦੇਰ ਬਾਅਦ ਜੋ ਮੈਂ ਆਪਣੇ ਕੈਰੀਅਰ 'ਚ ਦੇਖਿਆ ਇਹ ਗੱਲ ਸਾਹਮਣੇ ਆਈ ਹੈ। ਤੋ ਜੋ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਿਆ, ਇਹ 1 ਕਿਲੋ ਦਾ ਜਿਹੜਾ ਰੇਟ ਹੈ 1,20,000 ਰੁਪਇਆ ਪ੍ਰਤੀ ਕਿਲੋ ਉੱਥੋਂ ਖਰੀਦ ਲੈਂਦੇ ਆ ਅਤੇ ਡਬਲ ਦੇ ਰੇਟ 'ਤੇ ਇੱਥੇ ਵੇਚਦੇ ਆ ਕੇ ਆਪਣੇ ਏਰੀਏ ਦੇ। ਅਤੇ ਐਤਕੀ ਜਿਹੜੀ ਇਹ ਕੰਸਾਈਨਮੈਂਟ ਲੈ ਕੇ ਆਈ ਹੈ, ਇਹ 12 ਲੱਖ ਰੁਪਇਆ ਇਹਨਾਂ ਨੇ ਉੱਥੇ ਖਰਚਿਆ, ਉਹਦੇ 'ਚ 12 ਲੱਖ ਦੀ ਖਰੀਦ ਕੀਤੀ ਹੈ। ਅਤੇ ਜਿਹੜਾ ਪਿਸ਼ੌਰਾ ਸਿੰਘ ਹੈ ਇਹ ਕਾਫ਼ੀ ਨੋਟੋਰੀਅਸ ਬੰਦਾ ਹੈ, ਅਤੇ ਨਾਲ ਜਿਹੜਾ ਜੋਧ ਹੈ ਇਹਦੇ ਨਾਲ ਦਾ ਸਾਥੀ, ਉਹਦੇ ਨਾਲ ਜੋ ਗੱਲ ਪਤਾ ਲੱਗੀ ਕਿ ਹਰ ਜਿਹੜਾ ਟ੍ਰਿਪ ਹੈ ਉਹਦਾ 25,000 ਰੁਪਇਆ ਇਹ ਉਹਨੂੰ ਪੇ ਕਰਦਾ। ਉਹਨੇ ਆਪਣੇ ਬੱਚੇ ਨੂੰ ਬਾਹਰ ਭੇਜਣ ਵਾਸਤੇ ਪਿਸ਼ੌਰਾ ਸਿੰਘ ਤੋਂ ਕੁਛ ਨਾ ਕੁਛ ਉਹ ਵਿਆਜ 'ਤੇ ਪੈਸੇ ਲਏ ਹੋਏ ਹੈ, ਉਸ ਕਰਕੇ ਉਸ ਪ੍ਰਭਾਵ ਦੇ ਵਿੱਚ ਇਸ ਤੋਂ ਨਾਲ ਇਹ ਕੰਮ ਕਰਾਉਂਦਾ। ਸੋ ਬਾਕੀ ਇਹਨਾਂ ਦਾ ਜਿਹੜਾ ਨੈਟਵਰਕ ਹੈ, ਹੋਰ ਘਰ ਦੀਆਂ ਪ੍ਰੋਪਰਟੀਜ਼ ਨੇ, ਉਸ 'ਤੇ ਵੀ ਅਸੀਂ ਵਰਕ ਕਰਾਂਗੇ। ਕਿਉਂਕਿ ਮੇਨ ਗੱਲ ਕੀ ਹੁੰਦੀ ਹੈ NDPS ਕਮਰਸ਼ੀਅਲ ਕੁਆਂਟਿਟੀ ਰਿਕਵਰੀ ਦੇ ਵਿੱਚ, ਕਿ ਪ੍ਰੋਪਰਟੀ ਫਰੀਜ਼ ਹੋ ਸਕਦੀ ਹੈ, ਜ਼ਬਤ ਹੋ ਸਕਦੀ ਹੈ, ਉਹ ਬੜਾ ਇੰਪੋਰਟੈਂਟ ਹੁੰਦਾ। ਉਹ ਅਸੀਂ ਨਾਲ ਦੀ ਨਾਲ ਆਪਣਾ ਪ੍ਰੋਸੀਜਰ ਇਹਦੇ ਸ਼ੁਰੂ ਕਰ ਰਹੇ ਹਾਂ, ਔਰ ਮੈਨੂੰ ਉਮੀਦ ਹੈ ਕਿ ਕਾਫ਼ੀ ਸਾਰੀ ਇਹਦੀ ਪ੍ਰੋਪਰਟੀ ਨਿਕਲਣੀ ਚਾਹੀਦੀ ਹੈ। ਇੱਕ ਗੱਡੀ ਜਿਹੜੀ ਸਵਿਫਟ ਹੈ ਇਹਦਾ ਵੀ ਸਾਰਾ ਪਤਾ ਕਰ ਰਹੇ ਹਾਂ, ਇਹ ਵੀ ਰਿਕਵਰ ਹੋਈ ਹੈ ਜਿਹਦੇ 'ਚ ਇਹ ਟਰੈਵਲ ਕਰ ਰਹੇ ਸੀਗੇ। ਇਹਨੂੰ ਸਾਰਿਆਂ ਨੂੰ ਇਹ ਈਵਨ ਟਰਾਂਸਪੋਰਟ ਜਿਹੜੀ ਉਹ ਵੀ ਜਿਹੜੀ ਅਟੈਚ ਕੀਤੀ ਜਾ ਸਕਦੀ ਹੈ। ਸੋ ਕਾਫ਼ੀ ਮੈਂ ਤੁਹਾਨੂੰ ਦੱਸਿਆ, 2 ਤਾਂ ਪਰਚੇ ਹੀ ਇਹਨਾਂ ਦੇ ਦਰਜ ਹੋਏ ਹੋਏ ਜੀ, 2018 ਦਾ ਇੱਕ, 2020 ਦਾ। ਤੋ ਉਹਦੇ 'ਚ ਉਹ ਥੋੜ੍ਹੀ ਸਮਾਲ ਕੁਆਂਟਿਟੀ ਦੀਆਂ ਸੀਗੀਆਂ, ਪਰ ਕਾਫ਼ੀ ਜੋ ਪਤਾ ਲੱਗਿਆ ਕਿ ਨੋਟੋਰੀਅਸ ਬੰਦਾ ਹੈਗਾ ਔਰ ਆਪਣੇ ਏਰੀਏ 'ਚ ਸਾਰਿਆਂ ਨੂੰ ਪਤਾ ਵੀ ਇਹ ਕੰਮ ਕਰ ਰਿਹਾ। ਨਹੀਂ, ਮੈਨੂੰ ਇੱਕ ਉਹਦੇ ਬਾਰੇ ਨਹੀਂ ਪਤਾ ਜੀ, ਉਹ ਆਪਾਂ ਚੈੱਕ ਕਰ ਲੈਣਾ। ਪਿਸ਼ੌਰਾ ਸਿੰਘ ਦੇ 2 NDPS ਦੇ ਕੇਸ ਤਾਂ ਔਨ ਰਿਕਾਰਡ ਹੈਗੇ ਆ ਜੋ ਤੁਹਾਡੇ ਨਾਲ ਸ਼ੇਅਰ ਕੀਤੇ ਗਏ ਆ ਤੁਹਾਨੂੰ। ਬਾਕੀ ਮੈਂ ਇਹਦਾ ਮੋਡਸ ਪਰੈਂਡੀ ਦੱਸਤਾ ਵੀ ਕਿਸ ਤਰ੍ਹਾਂ ਜਾਂਦੇ ਆ ਇੰਫਾਲ ਦੇ ਵਿੱਚ ਕੰਟੈਕਟਸ, ਉਹ ਸਾਰਾ ਹੁਣ ਅਸੀਂ ਉੱਥੇ ਲੋਕਲ ਪੁਲਿਸ। ਦੇਖੋ ਅਜੇ ਸਟੇਜ 'ਤੇ ਆਪਾਂ ਐਵੇਂ ਗਲਤ ਕਹਿ ਦਈਏ ਕਿਸੇ ਬਾਰੇ, ਉਹ ਇਨਵੈਸਟੀਗੇਸ਼ਨ ਦਾ ਹਿੱਸਾ ਹੈ, ਇਹਨਾਂ ਦਾ ਰਿਮਾਂਡ ਲੈ ਕੇ ਆਪਾਂ ਸਾਰੀ ਪੁੱਛਗਿੱਛ ਕਰਾਂਗੇ।
ਇਹ ਮਕਬੂਲਪੁਰੇ ਥਾਣੇ ਦਾ ਕੇਸ ਹੈ ਜੀ, ਔਰ ਗੁਰਿੰਦਰ ਵੀਰ ਜਿਹੜੇ ACP ਈਸਟ ਆ ਉਹਨਾਂ ਦੀ ਹਾਜ਼ਰੀ ਦੇ ਵਿੱਚ ਇਹ ਸਾਰੀ ਰਿਕਵਰੀ ਹੋਈ ਹੈ। ਔਰ ਨਹੀਂ, ਮੈਂ ਤੁਹਾਨੂੰ ਦੱਸਿਆ ਸਾਰੀ ਗੱਲ ਜੀ, ਆਲਰੇਡੀ ਮੈਂ ਐਕਸਪਲੇਨ ਕੀਤੀ ਹੈ ਵੀ ਉਹਨੇ ਆਪਣੇ ਬੇਟੇ ਦੇ ਬਾਹਰ ਭੇਜਣ ਵਾਸਤੇ ਪੈਸੇ ਵਿਆਜੀ ਇੱਥੋਂ ਲਏ ਸੀ ਪਿਛੌਰਾ ਸਿੰਘ ਤੋਂ, ਅਤੇ ਉਸੇ ਦਬਾਅ ਦੇ ਵਿੱਚ ਵੀ ਉਹ ਹੈਗਾ, ਅਤੇ ਪਲੱਸ 25,000 ਰੁਪਇਆ ਪਰ ਟ੍ਰਿਪ ਉਹਨੂੰ ਪੇਮੈਂਟ ਵੀ ਪੈਸੇ ਵੀ। ਹੁਣ ਇਹ ਤਾਂ ਦੇਖੋ ਇੱਕ ਜਿਹੜਾ ਕ੍ਰਿਮੀਨਲ ਹੁੰਦਾ ਉਹਦੀ ਛੁਪਾਉਣ ਦੀ ਆਦਤ ਹੁੰਦੀ ਹੈ, ਇਹ ਸਾਰਾ ਹੁਣ ਦੋਨਾਂ ਦੀ ਅਲੱਗ ਅਲੱਗ ਇਨਵੈਸਟੀਗੇਸ਼ਨ ਹੋਏਗੀ, ਕੁਐਸਚਨਿੰਗ ਹੋਏਗੀ, ਉਹਦੀ ਉਹਦੇ 'ਚੋਂ ਅਸੀਂ ਸੱਚ ਕੱਢਣਾ ਹੁੰਦਾ। ਹਮੇਸ਼ਾ ਕ੍ਰਿਮੀਨਲ ਦੀ ਗੱਲ ਹੁੰਦੀ ਹੈ ਕਿ ਘੱਟੋ ਘੱਟ ਆਪਣੀ ਗੱਲ ਐਕਸਪੋਜ਼ ਕੀਤੀ ਜਾਵੇ, ਇਹ ਕਾਮਨ ਕ੍ਰਿਮੀਨਲ ਸਾਈਕੀ ਹੈ ਜੀ। ਦੇਖੋ ਇਹ ਇੰਨਾ ਪਤਾ ਲੱਗਿਆ ਕਿ ਆਪਣੇ ਏਰੀਏ 'ਚ ਸਾਰਿਆਂ ਨੂੰ ਪਤਾ ਕਿ ਇਹ ਕੰਮ ਕਰਦੇ ਆ, ਉਹ ਅਸੀਂ ਸਾਰੇ ਇਹਨਾਂ ਦੇ ਜਿਹੜੇ ਲਿੰਕੇਜਸ ਨੇ ਉਹ ਕੱਢਾਂਗੇ, ਔਰ ਲੋਕਲ ਪੁਲਿਸ ਨਾਲ ਵੀ ਜਿੱਥੇ ਲੋੜ ਪਏਗੀ ਸ਼ੇਅਰ ਵੀ ਕਰਾਂਗੇ, ਉਹ ਸਾਰਾ ਆਪਾਂ ਦੇਖਾਂਗੇ ਕਿ ਕਿਸ ਕੁਆਂਟਿਟੀ ਕਿਸ ਲੈਵਲ ਦੀ। ਦੇਖੋ ਸਾਰੀ ਤਾਂ ਵੇਚਣ ਦਾ ਲੱਗਦਾ ਨਹੀਂ, ਔਰ ਪਾਰਟਸ ਦੇ ਵਿੱਚ ਹੀ ਹੁੰਦੀ ਆ ਆਮ ਜਦੋਂ ਬੰਦਾ ਲੈ ਕੇ ਆਉਂਦਾ, ਬਿਕੋਜ਼ ਇਹ ਸਾਰਾ ਕੰਮ ਕਰਦੇ ਤਾਂ ਲਾਲਚ ਵਾਸਤੇ ਇਹ ਲੋਕ। ਉਹੀ ਕਹਿ ਰਹੇ ਜੀ, ਉਹ ਅਸੀਂ ਸਾਰਾ ਇਹਨਾਂ ਤੋਂ ਇਨਵੈਸਟੀਗੇਟ ਕਰਨਾ ਹੈ। ਇਹਨਾਂ ਦੇ ਦੱਸਣ ਮੁਤਾਬਕ ਇਹ ਹੋਇਆ, ਪਹਿਲਾਂ ਵੀ ਕੁਛ ਨੌਰਥ ਈਸਟ ਤੋਂ ਨਾਰਕੋਟਿਕ ਫੜੀਆਂ ਗਈਆਂ, ਬਟ ਇੰਫਾਲ ਵਾਲੀ ਗੱਲ ਜਿਹੜੀ ਆਈ ਹੈ ਇਹਨੂੰ ਥੋੜ੍ਹਾ ਅਸੀਂ ਹੋਰ ਡੀਪਲੀ ਇਨਵੈਸਟੀਗੇਟ ਕਰਨਾ ਚਾਹੁੰਦੇ ਹਾਂ, ਫਿਰ ਅਸੀਂ ਮਨੀਪੁਰ ਪੁਲਿਸ ਨਾਲ ਗੱਲ ਕਰਨਾ। ਦੇਖੋ ਮੈਂ ਤਾਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਓਪਰੇਸ਼ਨਲੀ ਪੁਲਿਸ ਐਕਟਿਵ ਹੈ ਅੰਮ੍ਰਿਤਸਰ ਦੀ, ਉਸੇ ਕਰਕੇ ਸਾਡੇ ਜਿਹੜੀ ਟੀਮ ਹੈ, ਬੜਾ ਮੈਨੂੰ ਮਾਣ ਹੈ ਇਹਨਾਂ 'ਤੇ ਗੱਲ 'ਤੇ ਕਿ ਉਹ ਡਿਵੈਲਪ ਕਰ ਲੈਂਦੇ ਇਨਫੋਰਮੇਸ਼ਨ, ਉਹਦੇ 'ਚ ਅੱਛੇ ਰਿਜ਼ਲਟਸ ਆ ਰਹੇ ਆ। ਮੈਂ ਆਈ ਐਮ ਵੈਰੀ ਪ੍ਰਾਊਡ ਆਫ ਦੈਮ।